ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੱਕ ਮੀਟਿੰਗ ਗੁਰਦਾਸਪੁਰ ਦੇ ਪਿੰਡ ਬਲਗਣ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਗੁਰਵਚਨ ਸਿੰਘ ਪਵਾਰ ਦੀ ਰਹਿਨਮਾਈ ਹੇਠ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਈਮਾਨ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਬੋਲਦੇ ਹੋਏ ਉਹਨਾਂ ਨੇ ਜਾਣਕਾਰੀ ਦਿੱਤੀ ਕਿ 15 ਸਤੰਬਰ ਨੂੰ ਜਮਹੂਰੀਤ ਦਿਵਸ ਆ ਰਿਹਾ ਹੈ ਜਿਸ ਲਈ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਹੈ ਕਿ 15 ਸਤੰਬਰ ਨੂੰ ਅੰਮ੍ਰਿਤਸਰ ਪੁੱਜੋਾਂ ਜੋ ਅਸੀਂ ਆਪਣੇ ਹੱਕਾਂ ਲਈ ਆਵਾਜ਼ ਚੁੱਕ ਸਕੀਏ ਇਸ ਮੌਕੇ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਇੱਕ ਸਿੱਖ ਹੋਣ ਕਾਰਨ ਕੈਚ ਛੱਡਣ ਕਰਕੇ ਉਸ ਦੀ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਕਾਸ਼ਦੀਪ ਸਿੰਘ ਤੇ ਮਾਣ ਹੈ ਜੇ ਉਸ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ ਤਾਂ ਇਹ ਗੱਲ ਫਕਰ ਦੀ ਹੈ ਨਾਲੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਆਕਾਸ਼ਦੀਪ ਸਿੰਘ ਨੂੰ ਭਾਰਤੀ ਟੀਮ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਅਸੀਂ ਸਿੱਧੇ ਤੌਰ ਤੇ ਉਸਦੇ ਲਈ ਸੰਘਰਸ਼ ਕਰਾਂਗੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ, ਲਾਈਵ ਭਾਰਤ। ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ 15 ਸਤੰਬਰ ਨੂੰ ਯੂਨਾਈਟਿਡ ਨੇਸ਼ਨ ਨੇ ਅੰਤਰਰਾਸ਼ਟਰੀ ਦਿਹਾੜਾ ਜਮਹੂਰੀਅਤ ਦਾ ਰੱਖਿਆ। ਔਰ ਸੇਸ਼ੀਆ ਦੀ ਸਭ ਤੋਂ ਪੁਰਾਣੀ ਜਮਹੂਰੀਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੰਘ ਸਭਾ ਦੇ ਸੰਘਰਸ਼ ਚੋਂ ਨਿਕਲੀ ਸੀ ਉਹ ਹੈਗੀ ਹੈ ਇਸ ਦੀ ਇੱਕ ਖਾਸੀਅਤ ਇਹ ਹੈ ਕਿ ਇਹਨਾਂ ਨੇ ਯੂਨੀਵਰਸਲ ਫਰਾਂਚਾਈਜ਼ ਦਿੱਤੀ ਸੀ ਨਾ ਕਿਸੇ ਦੀ ਜ਼ਮੀਨ ਨੂੰ ਦੇਖਿਆ ਗਰੀਬੀ ਨੂੰ ਦੇਖਿਆ ਨਾ ਲਿੰਗ ਨੂੰ ਦੇਖ ਕੇ ਇਹਨਾਂ ਨੇ ਸਾਰਿਆਂ ਨੂੰ ਗੁਰੂ ਘਰ ਚ ਵੋਟ ਦਿੱਤੀ ਔਰ ਇਹ 1900 ਅ 25 ਚ ਸਥਾਪਿਤ ਹੋਈ ਸੰਸਥਾ ਅੱਜ ਦੁਖਦਾਇਕ ਸਥਿਤੀ ਚ ਹੈਗੀ ਹੈ ਜਿਹਦੇ ਵਿੱਚ ਸਾਡੇ ਚੋਣ 11 ਸਾਲ ਨਹੀਂ ਹੋਏ 1952 ਚ ਲੋਕ ਸਭਾ ਬਣੀ ਹੈ ਉਹਦੇ 17 ਚੋਣ ਹੋ ਗਏ ਜਿਹੜੀ ਸਾਡੀ ਉਸ ਤੋਂ ਪਹਿਲਾਂ ਸਥਾਪਿਤ ਐ ਐਸਜੀਪੀਸੀ ਹੈ ਉਹਦੇ ਆਜ਼ਾਦੀ ਤੋਂ ਬਾਅਦ ਸਿਰਫ ਤੇ ਸਿਰਫ 8 ਚੋਣ ਹੋਏ ਹਨ ਭਾਰਤ ਦੇਸ਼ ਨੇ ਸਾਡੇ ਸਿੱਖੀ ਦੇ ਉੱਤੇ ਗੁਰੂ ਘਰ ਤੇ ਹਮਲੇ ਕਰਕੇ ਅਕਾਲ ਤਖਟ ਢਾਟੇਰੀ ਕਰਕੇ ਸਾਡੇ ਸਿੱਖਾਂ ਨੂੰ ਦਿੱਲੀ ਦੇ ਵਿੱਚ ਬਲ ਦੇ ਟਾਇਰ ਨਾਲ ਸ਼ਹੀਦ ਕਰਕੇ ਸਾਡਾ ਧਰਮ ਤਬਦੀਲ ਕਰਨ ਦਾ ਯਤਨ ਕੀਤਾ ਜਿਹਦੇ ਵਿੱਚ ਸਾਡਾ ਕਤਲੇਆਮ ਕੀਤਾ ਔਰ ਸਾਡੀਆਂ ਮਾਵਾਂ ਨੂੰ ਮਜਬੂਰ ਕਰਕੇ ਆਪਣੇ ਬੱਚਿਆਂ ਦੇ ਕੇਸ ਕਤਲ ਕਰਾਏ ਆ ਕਿ ਕੋਈ ਉਹਨਾਂ ਨੂੰ ਸਿੱਖ ਨਾ ਸਿਆਣ ਲੈ ਸਾਡੇ ਉੱਤੇ ਜਿਹੜਾ ਜੈਨੋਸਾਈਡ ਹੋਇਆ ਉਹ ਜਿਹੜਾ ਰਾਜਨਾਥ ਸਿੰਘ ਆ 2014 14 ਚ ਉਹਨੇ ਵੀ ਕਿਹਾ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ ਚਿੱਟੀ ਸਿੰਘਪੁਰਾ ਹੋਂਦ ਚੱਲੜ ਪੰਜਾਬ ਚ ਖਾਲਰਾ ਸਾਹਿਬ ਦੀਆਂ ਰਿਪੋਰਟਾਂ ਸਾਰੀਆਂ ਦਿਖਾ ਦਿੰਦੀਆਂ ਕਿ ਇਹ ਜਿਹੜਾ ਮੁਲਕ ਹੈ ਸਿੱਖਾਂ ਦੇ ਉੱਤੇ ਜ਼ਬਰ ਕਰਕੇ ਕਤਲੇਆਮ ਕਰਕੇ ਸਾਡਾ ਤਰਮ ਤਬਦੀਲ ਕਰ ਰਿਹਾ ਹੈਗਾ ਔਰ ਸਿੱਖਾਂ ਦੇ ਬਿਲਕੁਲ ਤੁਸੀਂ ਦੇਖ ਲਓ ਅੱਜ ਬੱਚੇ ਜਿਹੜੇ ਪੁਲਸਟੇ ਵੀ ਭਰਤੀ ਹੁੰਨੇ ਆਂ ਤਕਰੀਬਨ ਬਹੁਮਤ ਉਹਨਾਂ ਦੀ ਦਾੜ੍ਹੀ ਕਤਲ ਹੋਈ ਹੁੰਦੀ ਹੈਗੀ ਹੈ ਇਹ ਬਿਲਕੁਲ ਸਾਡੇ ਉੱਤੇ ਧਰਮ ਤਬਦੀਲੀ ਦਾ ਪ੍ਰੋਗਰਾਮ ਚਲਾਇਆ ਹੋਇਆ ਹੈ ਔਰ ਦਸਮ ਪਿਤਾ ਦਾ ਬਣਿਆ ਹੋਇਆ ਖਾਲਸਾ ਉਹਦੇ ਵਾਸਤੇ ਸਤਾਨ ਦੇ ਉੱਤੇ ਵੀ ਕਿੰਤੂ ਪ੍ਰੰਤੂ ਹੋ ਰਹੀ ਹੈ ਅੱਜ ਅਸੀਂ ਮੰਗ ਕਰਦੇ ਆਂ ਜਿਹੜਾ ਅਰਸ਼ਦੀਪ ਸਿੰਘ ਹੈ ਉਹਦੇ ਉੱਤੇ ਜਿਹੜਾ ਇਹਨਾਂ ਨੇ ਮਾਨ ਬਖਸ਼ਿਆ ਕਿ ਉਹਨੂੰ ਖਾਲਸਤਾਨੀ ਕਿਹਾ ਔਰ ਗੁਰੂ ਗੋਬਿੰਦ ਸਿੰਘ ਸੋਚ ਦੇ ਉੱਤੇ ਖੜਾ ਕੀਤਾ ਉਹਨੂੰ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਧਾਰਾ 25 ਜਿਹੜੀ ਸੁਵਿਧਾਨ ਦੇ ਵਿੱਚ ਸਿੱਖਾਂ ਨੂੰ Hindu ਧਰਮ ਦਾ ਹਿੱਸਾ ਬਣਾਉਂਦੀ ਹੈ ਉਹ ਰੱਦ ਕੀਤੀ ਜਾਏ ਤੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੇ ਨਾਲ ਜੋੜ ਕੇ ਖਾਲਸਾਨੀ ਦਾ ਖਿਤਾਬ ਦਿੱਤਾ ਜਾਏ ਅੱਜ ਗਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਮੀਟਿੰਗ ਹੈ ਸਰਦਾਰ ਗਰਬਚਨ ਸਿੰਘ ਜੀ ਪਵਾਰ ਜੋ ਜਲਦ ਵਿੱਚ ਤੇਦਾਰ ਨੇ ਬਲੱਗਨ ਵਿਖੇ ਹੋਈ ਆ ਇਹ ਮੀਟਿੰਗ ਦਾ ਮੁੱਖ ਕਾਰਨ ਹੈ ਕਿ 15 ਸਤੰਬਰ ਨੂੰ ਪੂਰੇ ਸੰਸਾਰ ਦੇ ਵਿੱਚ ਜਮਹੂਰੀਅਤ ਡੇ ਆ ਜਿਵੇਂ ਮਦਰ ਡੇ ਆ ਜਿਵੇਂ ਮਜ਼ਦੂਰ ਡੇ ਆ ਇਹ ਵੀ ਪੂਰੇ ਵਰਲਡ ਦਾ ਇੱਕ ਲੋਕਤੰਤਰ ਦਿਨ ਆ ਪਰ ਮੋਦੀ ਪੂਰੇ ਵਰਲਡ 'ਚ ਕਹਿ ਰਿਹਾ ਹੈ ਕਿ ਇੰਡੀਆ ਦੇ ਵਿੱਚ ਲੋਕਤੰਤਰ ਪੂਰੇ ਜੋ ਬਣਤੇ ਆ ਨਾ ਕਿਸਾਨ ਦੁਖੀ ਆ ਨਾ ਮਜ਼ਦੂਰ ਦੁਖੀ ਹੈ ਨਾ ਮੁਸਲਮਾਨ ਦੁਖੀ ਹੈ ਨਾ ਸਿੱਖ ਕੌਮ ਦੁਖੀ ਹੈ ਨਾ ਸਾਈ ਕੌਮ ਦੁਖੀ ਹੈ ਨਾ ਮੁਲਾਜ਼ਮ ਦੁਖੀ ਹੈ ਨਾ ਵਪਾਰੀ ਦੁਖੀ ਹੈ ਨਾ ਨੌਜਵਾਨ ਦੁਖੀ ਹੈ ਨਾ ਬੀਬੀਆਂ ਦੁਖੀ ਕੋਈ ਦੁਖੀ ਨਹੀਂ ਪਰ ਜਦੋਂ ਕਿ ਇੰਡੀਆ ਦੇ ਵਿੱਚ ਲੋਕਤੰਤਰ ਦਾ ਬਿਲਕੁਲ ਕਤਲ ਹੋ ਰਿਹਾ ਹੈ ਮੋਦੀ ਲੋਕਤੰਤਰ ਦਾ ਸਭ ਤੋਂ ਵੱਡਾ ਕਾਤਲ ਹੈ ਤੇ ਖੋਤੀ ਢੰਡੋਰਾ ਜਮਹੂਰੀਅਤ ਦਾ ਇਹ ਪਿੱਟ ਰਿਹਾ ਪਰ ਇਹਦੇ ਅੱਗੇ ਕਾਂਗਰਸ ਵੀ ਗੋਡੇ ਟੇਕ ਗਿਆ ਬੋਲ ਹੀ ਨਹੀਂ ਰਹੀ ਬੀਜੇਪੀ ਵੀ ਗੋਡੇ ਟੇਕ ਗਿਆ ਸਾਰੀ ਤੇ ਇਹਦੇ ਅੱਗੇ ਆਪ ਵੀ ਗੋਡੇ ਟੇਕ ਗਿਆ ਤੇ ਕਾਂਗਰਸ ਵੀ ਟੇਕ ਗਿਆ ਸਾਰੇ ਗੋਡੇ ਟੇਕ ਗਿਆ ਕੋਈ ਬੋਲ ਹੀ ਨਹੀਂ ਰਿਹਾ ਤੇ ਫਿਰ ਮੋਦੀ ਹੁਣ ਸਾਨੂੰ ਜਵਾਬ ਦੇ ਕਿ ਦਰਬਾਰ ਸਾਹਿਬ ਜਿਹੜਾ ਟਾਇਰ ਨਾਲ ਮਿਲ ਕੇ ਤੁਸੀਂ ਸਾਰਿਆਂ ਨੇ ਇਹ ਜਮਹੂਰੀਅਤ ਦਾ ਕਤਲ ਨਹੀਂ ਆ ਸਾਡੇ ਗਲਾਂ 'ਚ ਟਾਇਰ ਪਾਏ ਆ ਸੰਤ ਜਰਨੈਲ ਸਿੰਘ ਭਿੰਡਰਾਲਾ ਵਾਲਿਆਂ ਨੇ ਸ਼ਹੀਦ ਕੀਤਾ ਇਹ ਜਮਹੂਰੀਅਤ ਦਾ ਕਤਲ ਨਹੀਂ ਆ ਆ ਸਾਡਾ ਬਾਰਡਰ ਹੈ ਦਰੰਗਲਾ ਤੁਹਾਡੇ ਨੇੜੇ ਪੈਂਦਾ ਹੈ ਤਾਰ ਸਾਡੇ ਲੱਗੀ ਐ ਇਹ ਬਾਰਡਰ ਕਿਉਂ ਨਹੀਂ ਖੋਲਿਆ ਜੇ ਨੇਪਾਲ ਦਾ ਖੋਲਿਆ ਹਸੈਨੀ ਵਾਲਾ ਕਿਉਂ ਨਹੀਂ ਖੋਲਿਆ ਸੁਲੇਮਾਨ ਕੀ ਇਹ ਜਮੂਰੀਅਤ ਦਾ ਕਤਲ ਨਹੀਂ ਐ ਫੇਰ ਚਿੱਟਾ ਵੇਟ ਕੇ ਸਾਡੀ ਨੌਜਾਨੀ ਬਰਬਾਦ ਕਰਤੀ ਐ ਜਮੂਰੀਅਤ ਦਾ ਕਤਲ ਨਹੀਂ ਐ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਐ ਤੇ ਦੋਸ਼ੀਆਂ ਨੂੰ ਫੜਿਆ ਹੀ ਨਹੀਂ ਇਹ ਜਮੂਰੀਅਤ ਦਾ ਕਤਲ ਨਹੀਂ ਐ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਾਗਲ ਕਹਿ ਕੇ ਬਿਠਾ ਦਿੰਦੇ ਹੋ ਤੁਸੀਂ ਤੇ ਕੋਈ ਫੜਦਾ ਹੀ ਨਹੀਂ ਉਹਨੂੰ ਇਹ ਜਮੂਰੀਅਤ ਦਾ ਕਤਲ ਨਹੀਂ ਐ ਤੇ 11 ਸਾਲ ਤੋਂ ਸਿੱਖ ਪਾਰਲੀਮੈਂਟ ਦੀਆਂ ਚੋਣਾਂ ਹੀ ਨਹੀਂ ਹੋਈਆਂ ਜਦੋਂ ਕਿ 1925 ਚ ਐਜੀਪੀਸੀ ਹੌਂਦ ਦੇ ਵਿੱਚ ਆਈ ਹੈ ਤੇ ਜਾਪਾਨ ਦੀ ਪਾਰਲੀਮੈਂਟ ਤੋਂ ਪੁਰਾਣੀ ਪਾਰਲੀਮੈਂਟ ਹੈ ਤੇ 22 ਸਾਲ ਪਹਿਲਾਂ ਇੰਡੀਆ ਦੀ ਪਾਰਲੀਮੈਂਟ ਤੋਂ ਬਣੀ ਹੈ ਤੇ ਇੰਡੀਆ ਦੀ ਪਾਰਲੀਮੈਂਟ ਦੀਆਂ ਤਾਂ ਚੋਣਾਂ ਹੋ ਗਈਆਂ 17 ਵੀਰੀ ਤੇ ਇਹ ਹੋ ਗਈਆਂ 8 ਵੀਰੀ ਤੇ ਜਦੋਂ ਕਿ ਸਾਡੀਆਂ 22 ਵੀਰੀ ਹੋਣੀਆਂ ਚਾਹੀਦੀਆਂ ਸੀ ਇਹ ਚੋਣਾਂ ਕਿਉਂ ਨਹੀਂ ਹੋਈਆਂ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਮਹੂਰੀਅਤ ਦਾ ਕਤਲ ਹੈ ਜਮਹੂਰੀਅਤ ਨੂੰ ਬਾਲ ਕਰਨ ਲਈ ਤੇ ਸਾਰੇ ਜਾਣੇ 15 ਸਤੰਬਰ ਨੂੰ ਗਲਿਆਰੇ ਦੇ ਸਾਹਮਣੇ ਉੱਥੇ ਪਾਈ ਅਮਰਸਰ ਸਾਹਿਬ ਵਿਖੇ ਪਹੁੰਚੋ ਤਾਂ ਜੋ ਆਪਾਂ ਜਮਹੂਰੀਅਤ ਬਾਲ ਕਰ ਸਕੀਏ ਤੇ ਮੋਦੀ ਦਾ ਜਿਹੜਾ ਜਨਾਜਾ ਕੱਢ ਸਕੀਏ ਅਰਸ਼ਦੀਪ ਜਿਹੜਾ ਸਾਡਾ ਮੁਹੱਲੀ ਕਬੱਡੀ ਦਾ ਖਿਡਾਰੀ ਹੈ ਯੋਧਾ ਜਰਨੈਲ ਹੈ ਇਹ ক্রিকেট ਦਾ ਖਿਡਾਰੀ ਹੈ ਜਿਨੇ ਸਿਰ ਉੱਚਾ ਕੀਤਾ ਤੇ ਫਿਰ ਇਹਨੂੰ ਤਾਂ ਤੁਸੀਂ ਅੱਤਵਾਦੀ ਤੇ ਵੱਖਵਾਦੀ ਕਹੀ ਜਾਂਦੇ ਹੋ ਜਦੋਂ ਕਿ ਅਸੀਂ ਸਤਵਾਦੀਆਂ ਮਾਨਵਤਾਵਾਦੀਆਂ ਤੇ ਦੂਜੇ ਪਾਸੇ ਜਿਹੜਾ ਜਰਨਲ ਕਾਲ ਸਾਬਨ ਦਾ ਪਾਣੀ ਪੀ ਕੇ ਭੱਜ ਗਿਆ ਟੱਟੀਆਂ ਲਾ ਕੇ ਉਹਨੂੰ ਫਿਰ ਕਿਉਂ ਨਹੀਂ ਅਤਵਾਦੀ ਕਹਿੰਦੇ ਗद्दार ਕਹਿੰਦੇ ਤੇ ਦੂਜੇ ਪਾਸੇ ਮੋਦੀ ਨੇ 9000 ਸਕਿਉਰ ਕਿਲੋਮੀਟਰ ਚੀਨ ਨੂੰ ਫੇਰੇ ਦੇ ਦਿੱਤਾ ਉਹ ਡਰ ਕੇ ਭੱਜ ਗਿਆ ਉਹਨੂੰ ਕਿਉਂ ਨਹੀਂ ਕਹਿੰਦੇ ਇਸ ਕਰਕੇ ਅਰਸ਼ਦੀਪ ਦੇ ਨਾਲ ਜਿਹੜਾ ਖਾਲਸਾ ਦਾ ਸ਼ਬਦ ਜੁੜ ਗਿਆ ਇਹ ਸਾਡੇ ਲਈ ਮੰਨਣ ਵਾਲੀ ਗੱਲ ਹੈ ਅਨਖਾਲੀ ਗੱਲ ਹੈ ਜੇ ਸਾਡੇ ਨਾਲ ਖਾਲਸਾਤਨੀ ਜੁੜ ਗਿਆ ਤੇ ਮਗਰ ਕਿਹੜੀ ਗੱਲ ਹੈ ਇਸ ਕਰਕੇ ਉਹਨੂੰ ਪੂਰਾ ਵਰਲਡ ਅੱਜ ਖਾਲਸਾਤਨੀ ਤੌਰ ਤੇ ਮੰਨਦਾ ਤੇ ਜੇ ਉਹਨੂੰ ਇਸ ਟੀਮ ਚੋਂ ਕੱਢਿਆ ਪੂਰਾ ਸੰਘਰਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਲਗਣਾ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਹੋਈ ਹੈ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਜਿਸ ਵਿੱਚ ਸਾਡੇ ਸੀਨੀਅਰ ਆਗੂ ਜਸਕਨ ਸਿੰਘ ਜੀ ਕਾਨ ਸਿੰਘ ਵਾਲਾ ਸਰਦਾਰ ਈਮਾਨ ਸਿੰਘ ਜੀ ਈਮਾਨ ਸਰਪ੍ਰਸ ਯੂਥ ਜਿਨ੍ਹਾਂ ਸਮੂਲੀਅਤ ਕੀਤੀ ਆ ਮੈਂ ਦਾਸ ਗੁਰਬਚਨ ਸਿੰਘ ਪੁਵਾਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕਰਦਾ ਨਿਮਰਤਾ ਸਹਿਤ ਕਿ 15 ਤਰੀਕ ਨੂੰ ਹਮ ਹਮ ਆ ਕੇ ਦਰਬਾਰ ਸਾਹਿਬ ਵਿਖੇ ਪਹੁੰਚੋ ਤਾ ਕਰਕੇ ਆਪਾਂ ਜਮਹੂਰੀ ਤੇ ਡੇ ਤੇ ਆਪਣੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾ ਸਕੀਏ ਇਹਨੇ ਬੇਨਤੀ ਕਰਦਾ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ